ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਬਾਅਦ ਨਜ਼ਰਬੰਦ ਕੀਤੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ। ਦਰਅਸਲ ਇਸ ਹਮਲੇ ਦੌਰਾਨ 365 ਅਜਿਹੇ ਲੋਕ ਸਨ ਜਿਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਨਜ਼ਰਬੰਦ ਕਰ ਦਿੱਤਾ ਸੀ ਅਤੇ ਜੋਧਪੁਰ ਦੀ ਜੇਲ੍ਹ ਵਿੱਚ 5 ਸਾਲ ਕੈਦ ਰੱਖਿਆ ਸੀ। 5 ਸਾਲ ਬਾਅਦ ਵੀ ਕੋਈ ਦੋਸ਼ ਸਾਬਤ ਨਾ ਹੋਣ ਤੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਪੀੜਤਾਂ ਦੇ ਪਰਿਵਾਰਾਂ ਚੋਂ 222 ਪਰਿਵਾਰਾਂ ਨੇ ਇਸ ਮਾਮਲੇ ਵਿੱਚ ਮੁਆਵਜ਼ੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਪਰ ਲੰਮਾ ਸਮਾਂ ਬੀਤ ਜਾਣ ਕਾਰਨ ਸਿਰਫ 40 ਪਰਿਵਾਰ ਹੀ ਅਜਿਹੇ ਬਚੇ ਜਿਨ੍ਹਾਂ ਦਾ ਕੇਸ ਚੱਲਿਆ। ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਨਜਾਇਜ਼ ਜੇਲ੍ਹ ਵਿੱਚ ਕੈਦ ਕੀਤੇ ਗਏ ਸਿੱਖਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਅਦਾਲਤ ਵੱਲੋਂ ਦਿੱਤੇ ਗਏ ਇਸ ਫੈਸਲੇ ਦਾ SGPC ਦੇ ਵਕੀਲ ਨੇ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਉਜੜ ਚੁੱਕੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏ ਤਾਂ ਜੋ ਉਕਤ ਪਰਿਵਾਰ ਆਪਣਾ ਪਾਲਣ ਪੋਸ਼ਣ ਕਰ ਸਕਣ। ਅਦਾਲਤਾਂ ਦੇ ਫੈਸਲੇ ਜਿਹੜੇ ਆ ਜੀ, ਇਹ ਸਿਰਫ ਇਹ ਮੁਆਵਜ਼ੇ ਦੇ ਕੇਸ ਦਾ ਫੈਸਲਾ ਨਹੀਂ ਆਇਆ, ਇਹ ਕਿਸਮ ਦਾ ਇਤਿਹਾਸਕ ਫੈਸਲਾ। ਜਿਸ ਫੈਸਲੇ ਤੋਂ ਇਹ ਸਾਬਤ ਹੋਇਆ ਕਿ ਉਸ ਵੇਲੇ ਦਾ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਅਤੇ ਉਸ ਦੌਰਾਨ ਜਿਹੜੇ ਵੱਖ ਵੱਖ ਨੌਜਵਾਨਾਂ ਨੂੰ, ਬਿਰਧਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ, ਕਿਉਂਕਿ 13-13 ਸਾਲ ਦੇ ਵੀ ਉਸ ਵੇਲੇ ਬੰਦੇ ਜਿਹੜੇ ਆ ਬੱਚੇ ਉਹਨਾਂ ਨੇ ਜੋਧਪੁਰ ਜੇਲ੍ਹ ਦੇ ਵਿੱਚ ਨਿਰਬੰਧ ਕਰ ਦਿੱਤੇ ਸੀ, ਉਹ ਫੈਸਲੇ ਦੇ ਹਿਸਾਬ ਨਾਲ ਜਿਹੜਾ ਜੀ ਉਹ ਗੱਲ ਸਾਬਤ ਹੋ ਗਈ ਕਿ ਉਹ ਜਿਹੜਾ ਉਹ ਨਜ਼ਰਬੰਦੀ ਗਲਤ ਸੀ।